कि तुसी कहते सुने कि पंजाब पुलिस का एक बर्खास्त सब इंस्पैक्टर जो 700 करोड़ के भोला ड्रग रैकेट मामले के विच भगौड़ा हो जिसनों 9 साल तो पंजाब पुलिस गिरफ्तार भी ना कर सकी हो भगौड़ा सब इंस्पैक्टर बेखौफ हो गए ना सिर्फ डी जी पी पंजाब के नाल मुलाकात करता है बैठक करता है सलाह मशवरा करता है सगों डी जी पी पंजाब नू दिशा निर्देश देता सुनाई भी दिता है खबरसार ते मैं हां तुहाडे नाल ठाकुर अमनदीप सिंह हैरानी इस गल दी हुंदी है कि वह भगौड़ा सब इंस्पैक्टर डी जी पी पंजाब के सामने ये क्यों कहिंदा है कि घट्टो घट मोदी की अखा खोल देंगे तो इस सारी गलबात प्रधानमंत्री नरेंद्र मोदी की पंजाब फेरी यानी फिरोजपुर फेरी तो पहला दी दसी जाती है। अंग्रेजी के अखबार डेली वर्ल्ड के एडिटर इन चीफ मनीष तिवाड़ी जी होना वालों एक ऑडियो के नाल सनसनीखेज खुलासा किया गया। मनीष तिवाड़ी जी होना की मनीए तो यह ऑडियो तत्काली डी जी पी यानी सबका डी जी पी श्री सिद्धार्थ चट्टोपाध्याय साहब 700 करोड़ के भोला ड्रग रैकेट मामले के भगौड़े सब इंस्पैक्टर सरबजीत सिंह ते एक पंजाब पुलिस के विवादित इंस्पैक्टर सतवंत सिंह सिद्धू की है। इस ऑडियो के वड्डी गिणती पंजाब पहुँच चुके आर डी एक्स की भी गल हो रही है ग्रेनेड की भी गल हो रही है पिस्टल्स की भी गल हो रही है गल यह भी हो रही है कि आखिर किवें एक गैंगस्टर के इशारे से 100-150 बंदा इस वेले पंजाब दे विच मरण मारन नू भी तैयार बैठा है। गल के एल एफ दे एक अतवादी की भी हो रही है तो उस अतवादी नू पटियाला जेल च बंद जगदीश भोले दे नाल मिलवाउण की भी हो रही है। आखिर क्यों
बहुत वड्डे सवाल ने, उन्होंने सवालों वाल गौर करा कि इस ऑडियो तो बाद तुहानू दस दईए कि तुहाडी सहूलियत दे लई असी ऑडियो दे नाल नाल शब्दों लिखण की भी कोशिश की है, पर फिर भी तुसी ऑडियो बड़े गौर दे नाल सुनना ते सवालों वाल गौर करांगे इस ऑडियो तो बाद। ਰਿੰਦੇ ਦਾ ਸਾਰਾ ਅਸੀਂ ਵਰਕਆਊਟ ਕਰ ਲਿਆ ਸਰ, ਜਿੰਨਾ ਉਹਦਾ ਸਮਾਨ ਆਇਆ ਹੋਇਆ ਸਰ, ਸਾਰੀ ਇੱਕ ਸਾਲ ਆਇਆ ਗਰਨੇਡ ਟਾਈਪ ਨੂੰ ਸਰ, ਕੁਛ ਪਿਸਟਲ ਨਹੀਂ, ਇਹਦੇ ਕੋਲ ਵੀ ਇਨਫੋਰਮੇਸ਼ਨ ਆ, ਮੇਰੇ ਕੋਲ ਵੀ ਆ, ਜਹਿਦਾਰ ਸਿੰਘ ਕੋਲ, ਅਤੇ ਜਿਹੜੀ ਆਪਾਂ ਸਰ ਕੀਤੀ ਸੀਗੀ ਇਹਦਾ ਸੀ ਆਈ ਦਾ ਆਪਾਂ ਸੈਟਅਪ ਕਰਕੇ ਸਾਰੇ ਜਿੰਨੇ ਵੀ ਪੁਰਾਣੇ ਦੇ ਨਾਲ ਅਖਬਾਰ 'ਚ ਕੰਮ ਕੀਤਾ ਸਰ, ਉਹਨਾਂ ਸਾਰੀ ਲਿਸਟ ਬਣਾ ਲਿਆ ਜੀ, ਪੋਲਟਿਕਸ ਬਣਾ ਲਿਆ ਸਰ, ਇਹ ਸ਼ੁਰੂ ਕਰਾ ਕੇ ਸਵੇਰੇ ਮੇਰਾ ਖਿਆਲ ਹੈ ਸਰ ਤੁਹਾਨੂੰ ਤਿੰਨ ਦੇ ਦਿਓ। ਕੀ ਨਾਮ ਹੈ ਬੇਟਾ? ਇੰਸਪੈਕਟਰ ਸਪਵੰਤ ਸਿੰਘ ਸਰ। ਅੱਛਾ, ਕਿੱਥੇ ਲੱਗੇ ਹੋ? ਮੈਂ ਸਰ ਉੱਥੇ ਸਾਈਬਰ ਸੈੱਲ 'ਚ ਡਿਸਟ੍ਰਿਕਟ ਮੋਹਾਲੀ ਪੋਸਟਰ ਸਰ। ਸਾਈਬਰ ਸੈੱਲ 'ਚ? ਹਾਂਜੀ ਸਰ। ਇਹ ਸਰ ਪੰਜਾਬ ਸਾਈਬਰ ਸੈੱਲ ਦਾ ਪਹਿਲਾ ਮੁੰਡਾ ਪੜ੍ਹਿਆ ਲਿਖਿਆ ਜੀ। ਨਹੀਂ ਦੋਵੇਂ ਨੂੰ ਉਹ ਤੋਂ ਪੜ੍ਹਨਾ ਕਿਉਂ? ਸਾਈਬਰ ਸੈੱਲ ਤਾਂ ਬੜਾ ਜ਼ਰੂਰੀ ਹੈ ਸਾਡਾ। ਸਾਈਬਰ ਸਰ ਆਪਰੇਸ਼ਨ ਸੈੱਲ ਨਾਲ ਹੀ ਚੱਲਦਾ ਰਹਿੰਦਾ ਸਰ ਉੱਥੇ। ਵੈਸੇ ਵੀ ਹੁਣ ਵੀ ਇਹ ਕੰਮ ਇੱਦਾਂ ਕਰ ਡਿਟੈਕਸ਼ਨ ਦਾ ਕੰਮ ਕਰ ਰਹੇ ਹਾਂ। ਵਿੱਕੀ ਮਿਡੋ ਖੋਜਾਲ ਨੂੰ ਐਡਰ ਤੇ ਸੀ। ਦੇਖੋ ਮੈਂ ਦੋ ਤਿੰਨ ਗੱਲਾਂ ਦੱਸਾਂ ਕਿ ਜਿਹੜੇ ਜਿਹੜੇ ਬੰਦੇ ਸਰ ਆਪਾਂ ਲਿਆਉਣੇ ਆ ਚੱਕਣੇ ਆ ਜੀ, ਅੰਡਰ ਸੁਪਰਵੀਜ਼ਨ ਰਹਿਣਗੇ ਇਹਦੇ ਤੇ। ਅਸੀਂ ਇੱਕ ਤਰਨ ਤਾਰਨ ਏਰੀਏ ਦੇ ਵਿੱਚ ਇਸ ਟਾਈਮ ਡੀ ਐਸ ਪੀ ਪੱਟੀ ਲੱਗਿਆ ਸਰ, ਡੀ ਐਸ ਪੀ ਡੀ ਲਵਾਉਣਾ, ਉਹਨੂੰ ਆਪਣਾ ਕੰਫੀਡੈਂਸ ਦਾ ਬੰਦਾ ਸਰ। ਕਮ ਸੇ ਕਮ ਮੋਦੀ ਦੀਆਂ ਅੱਖਾਂ ਖੋਲ ਦੇਣੀਆਂ ਆਪਾਂ ਪੰਜ ਚਾਰ ਦਿਨ ਦੇ ਵਿੱਚ ਆਰ ਡੀ ਐਕਸ ਤੇ ਜਿਹਨੂੰ ਵੀ ਇਹ ਸਿਸਟਮ ਆ ਸਰ ਆਇਆ ਹੋਇਆ ਪੰਜਾਬ ਦੇ ਵਿੱਚ, ਸਰ ਉਹ ਆਪਾਂ ਕਾਬੂ ਕਰ ਲਾਂਗੇ, ਮੇਰੀ ਗਰੰਟੀ ਹੈ। ਲਾਰਜ ਸਕੇਲ 'ਚ ਔਰ ਜਿੰਨੇ ਇਸ ਟਾਈਮ ਰਿੰਦੇ ਦੇ ਥੱਲੇ 100 to 150 ਬੰਦਾ ਕੰਮ ਕਰ ਰਿਹਾ ਸਰ, ਮਰਨ ਲਈ ਤਿਆਰ ਪੰਜਾਬ ਦੇ ਵਿੱਚ, ਉਹ ਆਪਾਂ ਸਰ ਕੱਲ ਹੀ ਸਟਾਫ ਵੱਧ ਗਿਆ ਆਪਣਾ, ਅਤੇ ਆਪਾਂ ਕੱਲ ਹੀ ਬੰਦੇ ਚੱਕਣੇ ਸ਼ੁਰੂ ਕਰਦੇ ਹਾਂ। ਜਿਵੇਂ ਮੈਂ ਸਰ ਨੂੰ ਪਰਸੋਂ ਦੱਸ ਕੇ ਗਿਆ ਸੀ, ਸੁਖਵਿੰਦਰ ਸੁੱਖੀ ਆ ਸਰ, ਉਹ ਸੀ ਸਰ ਮਾਣ ਲਿਆ ਹੋਇਆ ਸ਼ਾਇਦ ਉਹਦਾ, ਨਹੀਂ ਸਰ ਕਪੂਰ ਤੋਂ ਚੱਕ ਕੇ ਲੈ ਕੇ ਗਏ ਸੀ, ਜਾਂ ਲਾਹੌਰੀ ਸਾਨੂੰ ਡੈਰੀ ਚੋਣ ਲੱਗ ਉਹ ਤੋਂ ਐਂ ਕੁਛ ਦੱਸੂਗਾ ਸਰ, ਉਹਨੂੰ ਆਪਾਂ ਪਟਿਆਲਾ ਜੇਲ੍ਹ ਸ਼ਿਫਟ ਕਰਨਾ ਜਗਦੀਸ਼ ਭੋਲੇ ਕੋਲ, ਉਹ ਜਗਦੀਸ਼ ਭੋਲੇ ਨੂੰ ਮੈਂ ਸਰ ਨਾਲ ਗੱਲ ਵੀ ਕਰਾਉਂਗਾ, ਜਿਵੇਂ ਵੀ ਜੋ ਗਰੰਟੀ ਚਾਹੀਦੀ ਸਰ ਮੇਰੇ ਤੇ ਵਿਸ਼ਵਾਸ ਹੈ, ਮੇਰੇ ਤੇ ਰਹਿਣ ਗਰੰਟੀ ਕਰਦੀ ਚਾਹੀਦੀ ਹੈ, ਸਾਨੂੰ ਕੰਮ ਚਾਹੀਦਾ, ਕੰਮ ਚਾਹੀਦਾ। ਉਹ ਕੰਮ ਇਹ ਹੈ ਵੀ ਜਿਹੜਾ ਸੁੱਖੀ ਹੈ ਜੀ ਜਗਦੀਸ਼ ਭੋਲੇ ਨੂੰ ਥੋੜ੍ਹੀ ਗੱਲ ਹੋਈ ਹੈ, ਬੋਲੋ ਬਾਈ ਜੀ ਤੁਸੀਂ ਉਹ ਕਰਕੇ ਸਾਡਾ ਫੋਨ ਨੂੰ ਸਾਨੂੰ ਕੋਈ ਛੇੜੇ ਨਾ, ਇਹੋ ਜਿਹਾ ਟਿਕਾਣਾ ਚਾਹੀਦਾ ਬਿਲਕੁਲ ਸ਼ਾਂਤੀ ਹੋ ਜਾਵੇ ਉੱਥੇ। ਇਹਨੇ ਕੀ ਹੋਇਆ ਅਸਲ ਕਹਾਣੀ ਕੀ ਹੋਈ ਸਰ, ਇੱਕ ਜਿਹੜਾ ਬਾਬਾ ਲੱਖਾ ਸਿੰਘ ਜੀ ਨੇ ਉਹਦਾ ਭਾਣਜਾ ਗਰਮੇਸ਼, ਤੇ ਗਰਮੇਸ਼ ਦਾ ਲਿੰਕ ਸੀ ਆਸਟ੍ਰੇਲੀਆ ਦੇ ਵਿੱਚ ਜਿਹੜਾ ਬੈਠਾ ਸੀ ਮਪਿੰਦਰ, ਤਨਵੀਰ ਇਹਨਾਂ ਸਰ 400 ਕਿਲੋ ਸਮਾਨ ਨੂੰ ਦੇਣਾ ਪਿਆ ਸੀ, ਤੋੜ ਲੱਗੀ ਤਾਂ ਉਹਨੇ ਤਰਵਿੰਦਰ ਨੇ ਗਰਮੇਜ ਨੂੰ ਫੋਨ ਕੀਤਾ, ਗਰਮੇਜ ਨੇ ਉਹਨੂੰ ਕਹਿਤਾ ਵੀ ਉੱਥੇ ਜਾ ਕੇ ਕੱਢ ਲੈਣਾ ਅੱਧਾ ਕਿਲੋ ਪਹਿਲਾਂ ਸਮਾਨ ਕੱਢ ਕੇ ਤੇ ਥੋੜਾ ਥੋੜਾ ਵੇਚਣਾ ਸ਼ੁਰੂ ਕਰਤਾ। ਜਦੋਂ ਇਹਨੂੰ ਰਾਣਾ ਨੂੰ ਬਹੁਤ ਲੱਗਿਆ ਵੀ ਪਤਾ ਵੀ, ਫਿਰ ਇਹਨੇ ਗਰਮੇਜ ਨੇ ਆਪਦੇ ਸਹੁਰੇ ਹੀ ਸਮਾਨ ਸ਼ਿਫਟ ਕਰਾਤਾ,
400 किलो फिर ये सर दिल्ली का बन के एनसीबी वाले इन्हों का 100 किलो समान चक लेने राणुआ ने ਉਹ ਵੇਚਿਆ ਕੋਈ 15 ਕਰੋੜ ਪਤਾ ਨੀ ਕਿੰਨੇ ਲੱਖ ਰੁਪਏ ਦਾ ਮੇਰੇ ਕੋਲ ਲਿਖਿਆ ਹੋਇਆ ਸਰ ਵੇਚਿਆ ਜੀ ਐਨਸੀਬੀ ਵਾਲਾ ਨਹੀਂ ਸਰ ਨਹੀਂ ਨਹੀਂ ਅੱਛਾ ਇਹ ਆਪ ਹੀ ਐਨਸੀਬੀ ਦੀ ਟੀਮ ਬਣ ਕੇ ਚਲੇ ਗਏ ਐਨਸੀਬੀ ਟੀਮ ਬਣ ਕੇ ਚਲਾ ਗਏ ਸਰ ਬਾਬੇ ਲੱਖੇ ਦੇ ਭਾਂਡੇ ਚੋਂ ਸਮਾਨ ਖੁਦ ਸਾਰੇ ਉਹ ਚੱਕ ਲਿਆ 100 ਕਿਲੋ 300 ਕਿਲੋ ਤਾਂ ਉਹਨੇ ਤਨਵੀਰ ਨੇ ਆਪਦਾ ਕੱਢਤਾ ਜਿੱਥੇ ਵੀ ਕੱਢਣਾ ਸੀ ਇਹ 15 ਕਰੋੜ ਦਾ ਵੇਚਿਆ ਸਰ ਇਹਨੇ ਜੀ ਇਹਨੇ ਰਾਣਾ ਸਰਪੰਚ ਅੱਛਾ 15 ਕਰੋੜ ਕੋਈ 70 ਲੱਖ ਦਾ ਅਤੇ ਫਿਰ ਜਦੋਂ ਸਾਰਾ ਸਿਸਟਮ ਚੱਲਿਆ 4 ਕਰੋੜ 25 ਲੱਖ ਰੁਪਈਆ ਸਰ ਇਹ ਵੀ ਲੈ ਗਏ ਨਾ ਸਰ ਮਤਲਬ ਹੀ ਨਹੀਂ ਮਤਲਬ ਦੇਖੋ ਬੇਟਾ ਮੈਂ ਪਹਿਲਾਂ ਸਾਨੂੰ ਪਹਿਲਾਂ ਮੇਰਾ ਹੀ ਇੰਦਰਜੀਤ ਨਾਲ ਅੱਜ ਘੰਟਾ ਗੱਲ ਹੋਈ ਭਲਵਾਨ ਦੀ ਇੰਸਪੈਕਟਰ ਨਾਲ ਬਹੁਤ ਵਧੀਆ ਤੈਨੂੰ ਕੁੱਟਿਆ ਹੋਇਆ 2 ਦਿਨ ਦਾ ਟਾਈਮ ਲਿਆ ਸਰ ਉਹਨੇ ਹੀ ਭਲਵਾਨ ਨੂੰ ਗੱਲ ਦੱਸੀ ਵੀ ਕਰਪੂਰ ਕੋਲ ਬੈਠਾ ਮੀਟਿੰਗ ਸਰ ਜੇਲ੍ਹ ਤਾਂ ਐਡੀ ਵੱਡੀ ਲਾਇਬ੍ਰੇਰੀ ਹੈ ਜਿਹੜੀ ਆਪਾਂ ਉਹਨੂੰ ਕੁਛ ਪਤਾ ਲੱਗ ਰਿਹਾ ਸਭ ਕੁਛ ਉੱਥੇ ਚੱਲਦਾ ਸਰ ਕਿਹਦੇ ਕੋਲ ਮੋਬਾਈਲ ਨਹੀਂ ਕਿਹਦੇ ਕੋਲ ਕੀ ਨਹੀਂ ਸਰ ਐਡਾ ਨੈਟਵਰਕ ਚੱਲ ਰਿਹਾ ਉਹਨੂੰ ਆਪਦੇ ਉਹਦੇ ਆਕਾ ਦੱਸ ਰਹੇ ਨੇ ਵੀ ਅਸੀਂ ਸੈੱਟ ਕਰ ਲਾਂਗੇ 2 ਦਿਨ ਦਾ ਉਹਨੇ ਵਾਅਦਾ ਲਿਆ ਜੀ ਨਹੀਂ ਤਾਂ ਮੈਂ ਭਲਵਾਨ ਨੂੰ ਕਹਿ ਦਿੱਤਾ ਵੀ ਮੈਂ ਸਭ ਨੂੰ ਕਲੀਅਰ ਕਰੂੰ ਸਭ ਕੁਛ ਉਹਦੇ ਕੋਲ ਸਾਰਾ ਰਾਜਨੀਤੀ ਦਾ ਲਿੰਕ ਈਵਨ ਪਿਛਲੇ ਵੀ ਸੋਰਸ ਉਹਦੇ ਕੋਲ ਡਗ ਦੇ ਸਰ ਉਹ ਡਗ ਦੀ ਮੇਨ ਕੰਮ ਸੀ ਸਰ ਉਹਦਾ ਜੀ ਕਰਾਂਗੇ ਸਰ ਲਿੰਕ ਲਿਆਵਾਂਗੇ ਤਾਂ ਉਹਦੀ ਮੀਟਿੰਗ ਹੀ ਕਰਾਈ ਅੱਜ ਮੈਂ ਸਾਨੂੰ ਪਰਸੋਂ ਦੱਸੀ ਗਿਆ ਸੀ ਨਾ ਜੀ ਆਪਾਂ ਥੋੜ੍ਹੀ ਯਾਦ ਲੈ ਕੇ ਗਏ ਸਰ ਅਸੀਂ ਪਟਿਆਲੇ ਰੋਪੜ ਹੈ ਨਹੀਂ ਨਹੀਂ ਸਰ ਵਾਪਸ ਚਲੇ ਗਏ ਪਟਿਆਲੇ ਆ ਜੀ ਵਾਪਸ ਮਿਲਦੇ ਆ ਮਿਲਦੇ ਨਹੀਂ ਅੱਜ ਵੀ ਮਿਲੇ ਨਹੀਂ ਸਰ ਇਹ ਜਦੋਂ ਆਪਣੇ ਕੋਲ ਉੱਥੋਂ ਤੁਸੀਂ ਵਾਪਸ ਭਜਵਾਓ ਸੁੱਕੀ ਉੱਤੇ ਭਜਵਾਓ ਤੁਸੀਂ ਕਹਿ ਰਹੇ ਗੋਭੀ ਅਸੀਂ ਫੜਨਾ बिलकुल ਪਵਨ ਬਾਬੂ ਆ ਜੀ ਨੇ ਹਮਾਰਾ ਫੜਿਆ ਸੀ ਸਰ ਕੋਲ ਵੀ ਕੰਮ ਕੀਤਾ ਮੁੰਡਾ ਚੌਧਰੀ ਲੰਮਾ ਮੇਰੇ ਕੋਲ ਵੀ ਸੀ ਇਹ ਕੰਮ ਕੀਤਾ ਸਰ ਫਿਰ ਮੈਂ ਸਿੱਧੂ ਸਾਹਿਬ ਕੋਲ ਸਭ ਤੋਂ ਬੜੀ ਰਿਕਵਰੀ ਸੀ ਸਰ ਉਹਦੀ ਜੀ ਤੇ ਜਿਹੜਾ ਹੈਗਾ ਸਰ ਐਸਓਸੀ ਉਹ ਨਵਾਂ ਮੁੰਡਾ ਜੀ 5 ਸਾਲ ਦੀ ਸਰਵਿਸ ਹੋ ਗਈ ਉਹ ਮੁੰਡਾ ਦਾ ਉਹ ਜੀ ਸੀਨੀਅਰ ਸਾਹਮਣਾ ਹੈ ਨਾ ਬੇਟਾ ਉਸ ਸੰਤਰੀ ਤੋਂ ਲੈ ਕੇ ਸਾਰੇ ਆ ਰਹੇ ਆਪਣੇ ਸਾਰੇ ਕੰਫੀਡੈਂਟ ਤੋਂ ਲਾਇਲ ਬੰਦੇ ਆ ਰਹੇ ਜੇ ਵੀ ਬਾਹਰ ਹੋਇਆ ਨਾ ਲਾਲੀ ਸਭ ਤੋਂ ਵੱਧ ਮਤਲਬ ਬਿਲਕੁਲ ਸਰ ਸੋਰਸ ਅਲੱਗ ਰੱਖਾਂ ਕੋਟੀਆਂ ਚ ਸਾਨੂੰ ਸਰ ਕਿਸੇ ਗੱਲ ਦੀ ਕੋਈ ਜਵਾਬ ਨਹੀਂ ਫਿਰ ਸੀਆਈ ਚਲਾ ਰਹੇ ਨਾ ਕਿ ਇਹ ਸਾਰੇ 20 25 ਮੁੰਡੇ ਚਾਹੀਦੇ ਹੋਣਗੇ ਬਾਕੀ ਬਾਕੀ ਦੇ ਪੋਸਟਡ ਹੈਗੇ ਸਰ ਪਰ ਮੁੰਡੇ ਤੁਹਾਡੇ ਹੈਗੇ ਸਰ ਮੈਂ ਪਹਿਲਾਂ ਇੰਚਾਰਜ ਰਿਹਾ ਉੱਥੇ ਮੁੰਡੇ ਕਾਫੀ ਚੰਗੇ ਪੰਚਰ ਵਿੱਚੋਂ ਕੱਢਣ ਵਾਲੇ ਉਹ ਕੱਢਦੇ ਆ ਜਾਣਗੇ ਸਰ ਇਹ ਦੇਖੋ ਤੁਸੀਂ ਰਹਿ ਚੁੱਕੇ ਹੋ ਹਾਂਜੀ ਸਰ ਮੈਂ ਦੇਖ ਰਿਹਾ ਹਾਂ ਸੀ ਖਰ ਹਾਂਜੀ ਸਰ ਤਾਂ ਇਹ ਫਿਰ ਉਹ ਗੱਲ ਹੈ ਹਾਂਜੀ ਸਰ ਇਹ ਤੁਹਾਡੇ ਆਪਣੇ ਕੰਫੀਡੈਂਸ ਵਾਲੇ ਨੇ ਹਾਂਜੀ ਸਰ ਇਹ ਗੱਲ ਹੋ ਰਹੀ
हालांकि खबरसार इस ऑडियो की पुष्टि नहीं करता, पर फिर भी इस ऑडियो तो कई सवाल खड़े होते ने। सवाल ये कि आखिर 700 करोड़ के भोला ड्रग रैकेट मामले के भगौड़े के नाल डीजीपी मुलाकात क्यों कर रहे हैं? कि डीजीपी नूं पता सी कि वह भगौड़ा है या फिर नहीं? दूजा सवाल ये जो इंस्पैक्टर सतवंत सिद्धू उस भगौड़े के नाल अपनी सिफारिश लवाउण दे लई आया है, उसनों तो यह जरूर पता होना है क्योंकि वह उसके नाल नाल घूम भी रहा है, उसके नाल नाल आरडीएक्स का भी पता करवा रहा है, उसके नाल नाल ग्रेनेड का, पिस्टल्स का, रिंदे के बंदियां का सारा कुछ पता करवा रहा है, इलीगल डिटेंशन सेंटर खोलन नूं तैयार बैठा है। तो उसनों नहीं पता एक चोरी की गड्डी के मामले के विच भी चोर का साथ देने वाले नूं पुलिस छड़दी नहीं, तो यह तो 700 करोड़ के भोला ड्रग रैकेट मामले का भगौड़ा है सरबजीत सिंह। इसका साथ देने वाले इंस्पैक्टर सतवंत सिंह सिद्धू पर की कार्रवाई की जाएगी, यह भी बड़ा वड्डा सवाल है। खैर, सरबजीत सिंह गल कर रहा है कि मोदी की अखां खोल दें, कि मोदी देश का प्रधानमंत्री है, उस दी अखां खुलियां या फिर नहीं ये तो नहीं पता, पर जिहड़ा लार्ज स्केल दे विच, सरबजीत दी भाषा च गल करिए, लार्ज स्केल दे विच आरडीएक्स, ग्रेनेड, पिस्टल्स पंजाब दे विच मौजूद ने, वह आखिर हुण किस दी अखां खोलणगे? बड़ा वड्डा सवाल है, आखिर उसनूं रिकवर किया गया या फिर नहीं किया गया। उस तो अलावा गल हो रही है रिंदे दे 100-150 बंदियां दी जो मरण मरा नूं तैयार बैठा है। जे असीं भगौड़े सरबजीत सिंह दी गल करिए तां उह 100-150 बंदा किस दे लई मरण नूं ते आखिर किसनूं मारन नूं तैयार बैठा है? कि इह समझिया जावे पंजाब च आउण वाले दिनां च कोई वड्डी वारदात अंजाम लैण वाली है, ये भी बड़ा वड्डा सवाल है। सवाल ये भी बड़ा वाजिब है कि यह ऑडियो जिहड़ी है वह रिकॉर्ड हुई किवें? पहली गल, डेली वर्ड के मुताबिक 4 बंदे उस मीटिंग में सी, पर जे गौर दे नाल सुनो तो आवाज़ सिर्फ 3 बंदियां दी आती है, डीजीपी श्री सिद्धार्थ चट्टोपाध्याय साहब, भगौड़ा सब इंस्पैक्टर सरबजीत सिंह ते इंस्पैक्टर सतवंत सिंह सिद्धू। डीजीपी कदे भी नहीं चाहेगा कि अजिही कोई ऑडियो रिकॉर्ड भी होवे वायरल या बाहर आने का, बड़ी दूर की गल है। तो रह गए 2 बंदे, हुण दोनों के विचों गद्दारी किसने की है? ये इस करके सवाल बड़ा जरूरी है कि ये दोनों बंदे, भगौड़ा सब इंस्पैक्टर सरबजीत सिंह ते इंस्पैक्टर सतवंत सिद्धू, जेडे भी पुलिस अधिकारी दे नाल संपर्क विच सी, क्योंकि 4.25 करोड़ दी जो रिश्वत दी भी गल हुई है, जो 15.70 करोड़ दे विचों 4.25 करोड़ अफसरां नूं वंडे गए ने, उहनां दी भी गल हुई है, वह गलबात तो फोन पर भी हुई होनी है या मुलाकातां सरबजीत दे नाल या सतवंत दे नाल हुई होनियां ने, तो फिर वह भी हुण तैयार रहण भी, क्योंकि जेड़े जिहड़ा भगौड़ा सब इंस्पैक्टर या इंस्पैक्टर डीजीपी दे सगे नहीं होए, वह तुहाडे सगे की होणगे? क्योंकि ऑडियो तो अंदरों ही बाहर आई है। तो जे एक लेमैन की गल की तरह असी गल करिए, एक आम बंदे की तरह, 3 बंदियां दी आवाज़ सुन रही है, पर जदों भी इंस्पैक्टर सतवंत सिद्धू बोलता है उसकी आवाज़ माइक के बिल्कुल नेड़ियों आती है तो बिल्कुल साफ आती है। हुण ये गल किस गल वाल इशारा करती है, तुसीं ज़्यादा समझदार हो, सानू कहण दी कोई लोड़ नहीं। पर हाँ, एक गल होर जरूर कहां कि भी ये ऑडियो दी बेशक असी पुष्टि नहीं करते, पर इस ऑडियो दे मुताबक जिस डीएसपी पट्टी दी गल हो रही है उसका तबादला डीएसपी डी मोहाली दे तौर ते जरूर होया है। ते हुण मतलब ये भी गल कितना किते इन्वेस्टिगेशन दे विच भी साफ होएगी भी ऑडियो ठीक है, ते इन्वेस्टिगेशन दे विच होर किन्ने अफसरां दे नाम सामने आउणगे इस समा दसेगा। पर एक गल तुहानू असी जरूर दसीए कि भगौड़ा सब इंस्पैक्टर सरबजीत सिंह ते इंस्पैक्टर सतवंत सिंह सिद्धू आखिर दोनों जने कौन ने जिन्हां ने उस दिन तत्काली डीजीपी सिद्धार्थ चट्टोपाध्याय दे नाल मीटिंग की है, ते उदों यह रिकॉर्डिंग हुई है सारी, ते यह बाहर आई है, ये आखिर दोनों जने कौन ने, इन्हां बारे तफसील च डिटेल च एक नवीं रिपोर्ट तुहाडे सामने जल्द लैके आवांगे अपनी रिसर्च मुताबक। खबरसार लई ठाकुर अमनदीप सिंह की रिपोर्ट।